ਇੱਕ ਸ਼ਾਤਰ ਚੋਰ ਦੇ ਵੱਲੋਂ ਬੜੇ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕੀਤਾ ਗਿਆ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ। ਹਾਲਾਂਕਿ ਜੇਕਰ ਸੀਸੀਟੀਵੀ ਮੌਕੇ ਤੇ ਮੌਜੂਦ ਨਾ ਹੁੰਦਾ ਤਾਂ ਸੱਚਾਈ ਵੀ ਕਿਸੇ ਨੇ ਨਹੀਂ ਸੀ ਮੰਨਣੀ। ਜਿਹਾ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਖੜਾ ਬਾਈਕ ਦੇ ਕੋਲ ਨਜ਼ਰ ਆ ਰਿਹਾ। ਹਾਲਾਂਕਿ ਇਹ ਮੌਕਾ ਦੇਖ ਰਿਹਾ ਕਿ ਆਖਰ ਕਿਵੇਂ ਇਸਦਾ ਦਾਅ ਲੱਗੇ ਤੇ ਇਹ ਮੌਕੇ ਤੋਂ ਹੀ ਬਾਈਕ ਲੈ ਕੇ ਫਰਾਰ ਹੋ ਜਾਵੇ। ਜੀ ਹਾਂ, ਬਿਲਕੁਲ ਹੋਇਆ ਵੀ ਇਸੇ ਤਰੀਕੇ ਦੇ ਨਾਲ। ਪਹਿਲਾਂ ਤਾਂ ਇਹ ਆਲੇ ਦੁਆਲੇ ਖੜਾ ਦੇਖਦਾ ਰਿਹਾ ਅਤੇ ਜਦੋਂ ਇਸਨੇ ਦੇਖਿਆ ਕਿ ਕੋਈ ਵੀ ਇਸਨੂੰ ਨਹੀਂ ਦੇਖ ਰਿਹਾ ਤਾਂ ਫਿਰ ਇਸਨੇ ਬੜੀ ਹੀ ਚਲਾਕੀ ਦੇ ਨਾਲ ਮਾਸਟਰ ਕੀ ਨਾਲ ਇਸ ਬਾਈਕ ਨੂੰ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਅਤੇ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਚੋਰ ਨੇ ਆਪਣੇ ਹੱਥਾਂ ਦੀ ਸਫਾਈ ਦੇ ਨਾਲ ਇਸ ਬਾਈਕ ਨੂੰ ਚੋਰੀ ਕੀਤਾ। ਮੌਕੇ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਅਤੇ ਜਦੋਂ ਮੌਕੇ 'ਤੇ ਕਿਹਾ ਜਾ ਰਿਹਾ ਕਿ ਇਸ ਬਾਈਕ ਦਾ ਮਾਲਕ ਆ ਕੇ ਦੇਖਦਾ ਬਾਈਕ ਆਪਣੀ ਜਗ੍ਹਾ 'ਤੇ ਨਹੀਂ ਹੁੰਦਾ ਤਾਂ ਉਸਦੇ ਵੱਲੋਂ ਜੋ ਸੀਸੀਟੀਵੀ ਹੈ ਉਹ ਚੈੱਕ ਕੀਤਾ ਜਾਂਦਾ। ਚੈੱਕ ਕਰਨ ਤੋਂ ਬਾਅਦ ਸੱਚਾਈ ਸਾਰੀ ਸਾਫ਼ ਹੋ ਜਾਂਦੀ ਹੈ ਕਿ ਉਸਦਾ ਬਾਈਕ ਚੋਰੀ ਹੋ ਗਿਆ, ਉਹ ਵੀ ਇੱਕ ਸ਼ਖਸ ਦੇ ਵੱਲੋਂ ਕੀਤਾ ਗਿਆ। ਫਿਲਹਾਲ ਪੁਲਿਸ ਨੂੰ ਹੁਣ ਇਸ ਦੀ ਸੂਚਨਾ ਦਿੱਤੀ ਗਈ ਹੈ, ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਸ਼ਾਤਰ ਚੋਰ ਦੇ ਵੱਲੋਂ ਬੜੇ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕੀਤਾ ਗਿਆ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ। ਹਾਲਾਂਕਿ ਜੇਕਰ ਸੀਸੀਟੀਵੀ ਮੌਕੇ ਤੇ ਮੌਜੂਦ ਨਾ ਹੁੰਦਾ ਤਾਂ ਸੱਚਾਈ ਵੀ ਕਿਸੇ ਨੇ ਨਹੀਂ ਸੀ ਮੰਨਣੀ। ਜਿਹਾ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਖੜਾ ਬਾਈਕ ਦੇ ਕੋਲ ਨਜ਼ਰ ਆ ਰਿਹਾ। ਹਾਲਾਂਕਿ ਇਹ ਮੌਕਾ ਦੇਖ ਰਿਹਾ ਕਿ ਆਖਰ ਕਿਵੇਂ ਇਸਦਾ ਦਾਅ ਲੱਗੇ ਤੇ ਇਹ ਮੌਕੇ ਤੋਂ ਹੀ ਬਾਈਕ ਲੈ ਕੇ ਫਰਾਰ ਹੋ ਜਾਵੇ। ਜੀ ਹਾਂ, ਬਿਲਕੁਲ ਹੋਇਆ ਵੀ ਇਸੇ ਤਰੀਕੇ ਦੇ ਨਾਲ। ਪਹਿਲਾਂ ਤਾਂ ਇਹ ਆਲੇ ਦੁਆਲੇ ਖੜਾ ਦੇਖਦਾ ਰਿਹਾ ਅਤੇ ਜਦੋਂ ਇਸਨੇ ਦੇਖਿਆ ਕਿ ਕੋਈ ਵੀ ਇਸਨੂੰ ਨਹੀਂ ਦੇਖ ਰਿਹਾ ਤਾਂ ਫਿਰ ਇਸਨੇ ਬੜੀ ਹੀ ਚਲਾਕੀ ਦੇ ਨਾਲ ਮਾਸਟਰ ਕੀ ਨਾਲ ਇਸ ਬਾਈਕ ਨੂੰ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਅਤੇ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਚੋਰ ਨੇ ਆਪਣੇ ਹੱਥਾਂ ਦੀ ਸਫਾਈ ਦੇ ਨਾਲ ਇਸ ਬਾਈਕ ਨੂੰ ਚੋਰੀ ਕੀਤਾ। ਮੌਕੇ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਅਤੇ ਜਦੋਂ ਮੌਕੇ 'ਤੇ ਕਿਹਾ ਜਾ ਰਿਹਾ ਕਿ ਇਸ ਬਾਈਕ ਦਾ ਮਾਲਕ ਆ ਕੇ ਦੇਖਦਾ ਬਾਈਕ ਆਪਣੀ ਜਗ੍ਹਾ 'ਤੇ ਨਹੀਂ ਹੁੰਦਾ ਤਾਂ ਉਸਦੇ ਵੱਲੋਂ ਜੋ ਸੀਸੀਟੀਵੀ ਹੈ ਉਹ ਚੈੱਕ ਕੀਤਾ ਜਾਂਦਾ। ਚੈੱਕ ਕਰਨ ਤੋਂ ਬਾਅਦ ਸੱਚਾਈ ਸਾਰੀ ਸਾਫ਼ ਹੋ ਜਾਂਦੀ ਹੈ ਕਿ ਉਸਦਾ ਬਾਈਕ ਚੋਰੀ ਹੋ ਗਿਆ, ਉਹ ਵੀ ਇੱਕ ਸ਼ਖਸ ਦੇ ਵੱਲੋਂ ਕੀਤਾ ਗਿਆ। ਫਿਲਹਾਲ ਪੁਲਿਸ ਨੂੰ ਹੁਣ ਇਸ ਦੀ ਸੂਚਨਾ ਦਿੱਤੀ ਗਈ ਹੈ, ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਸ਼ਾਤਰ ਚੋਰ ਦੇ ਵੱਲੋਂ ਬੜੇ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕੀਤਾ ਗਿਆ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ। ਹਾਲਾਂਕਿ ਜੇਕਰ ਸੀਸੀਟੀਵੀ ਮੌਕੇ ਤੇ ਮੌਜੂਦ ਨਾ ਹੁੰਦਾ ਤਾਂ ਸੱਚਾਈ ਵੀ ਕਿਸੇ ਨੇ ਨਹੀਂ ਸੀ ਮੰਨਣੀ। ਜਿਹਾ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਖੜਾ ਬਾਈਕ ਦੇ ਕੋਲ ਨਜ਼ਰ ਆ ਰਿਹਾ। ਹਾਲਾਂਕਿ ਇਹ ਮੌਕਾ ਦੇਖ ਰਿਹਾ ਕਿ ਆਖਰ ਕਿਵੇਂ ਇਸਦਾ ਦਾਅ ਲੱਗੇ ਤੇ ਇਹ ਮੌਕੇ ਤੋਂ ਹੀ ਬਾਈਕ ਲੈ ਕੇ ਫਰਾਰ ਹੋ ਜਾਵੇ। ਜੀ ਹਾਂ, ਬਿਲਕੁਲ ਹੋਇਆ ਵੀ ਇਸੇ ਤਰੀਕੇ ਦੇ ਨਾਲ। ਪਹਿਲਾਂ ਤਾਂ ਇਹ ਆਲੇ ਦੁਆਲੇ ਖੜਾ ਦੇਖਦਾ ਰਿਹਾ ਅਤੇ ਜਦੋਂ ਇਸਨੇ ਦੇਖਿਆ ਕਿ ਕੋਈ ਵੀ ਇਸਨੂੰ ਨਹੀਂ ਦੇਖ ਰਿਹਾ ਤਾਂ ਫਿਰ ਇਸਨੇ ਬੜੀ ਹੀ ਚਲਾਕੀ ਦੇ ਨਾਲ ਮਾਸਟਰ ਕੀ ਨਾਲ ਇਸ ਬਾਈਕ ਨੂੰ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਅਤੇ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਚੋਰ ਨੇ ਆਪਣੇ ਹੱਥਾਂ ਦੀ ਸਫਾਈ ਦੇ ਨਾਲ ਇਸ ਬਾਈਕ ਨੂੰ ਚੋਰੀ ਕੀਤਾ। ਮੌਕੇ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਅਤੇ ਜਦੋਂ ਮੌਕੇ 'ਤੇ ਕਿਹਾ ਜਾ ਰਿਹਾ ਕਿ ਇਸ ਬਾਈਕ ਦਾ ਮਾਲਕ ਆ ਕੇ ਦੇਖਦਾ ਬਾਈਕ ਆਪਣੀ ਜਗ੍ਹਾ 'ਤੇ ਨਹੀਂ ਹੁੰਦਾ ਤਾਂ ਉਸਦੇ ਵੱਲੋਂ ਜੋ ਸੀਸੀਟੀਵੀ ਹੈ ਉਹ ਚੈੱਕ ਕੀਤਾ ਜਾਂਦਾ। ਚੈੱਕ ਕਰਨ ਤੋਂ ਬਾਅਦ ਸੱਚਾਈ ਸਾਰੀ ਸਾਫ਼ ਹੋ ਜਾਂਦੀ ਹੈ ਕਿ ਉਸਦਾ ਬਾਈਕ ਚੋਰੀ ਹੋ ਗਿਆ, ਉਹ ਵੀ ਇੱਕ ਸ਼ਖਸ ਦੇ ਵੱਲੋਂ ਕੀਤਾ ਗਿਆ। ਫਿਲਹਾਲ ਪੁਲਿਸ ਨੂੰ ਹੁਣ ਇਸ ਦੀ ਸੂਚਨਾ ਦਿੱਤੀ ਗਈ ਹੈ,
ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।